ਤੂੰ ਮੇਰਾ ਇੱਧਰ ਗੱਲ ਕਰ, ਉੱਥੇ ਤੇ ਗੱਲਾਂ ਬਹੁਤ ਹੋ ਗਈਆਂ। ਉਹ ਦੀਦੀ ਘਰੇ ਜਾ ਕੇ ਲੜੀਦਾ ਹੁੰਦਾ ਹੈ। ਘਰੇ ਜਾ ਕੇ ਛੱਡ, ਪਹਿਲਾਂ ਮੈਨੂੰ ਇਹ ਦੱਸ ਤੂੰ ਮੇਰੇ ਬਾਰੇ ਕਿਹਾ ਕੀ ਹੈ ਸਾਰਿਆਂ ਨੂੰ। ਆਂਟੀ ਆ ਵੇਲੋ ਸਾ, ਮੇਰੀ ਗੱਲ ਸੁਣੋ, ਤੇ ਅਮਰੀਕੇ ਕੈਨੇਡਾ ਉੱਥੇ ਜਾ ਰਿਹਾ ਸਾਡਾ ਪ੍ਰੋਗਰਾਮ, ਤੇ ਤੁਸੀਂ ਉੱਥੇ ਲੜੀ ਜਾਂਦੇ ਹੋ। ਫਿਰ ਕਿ ਉੱਥੇ ਕਿਹੜਾ ਲੜਾਈ ਨਹੀਂ ਹੁੰਦੀ, ਉੱਥੇ ਕਿਹੜਾ ਭੈਣਾਂ ਨਹੀਂ ਰਹਿੰਦੀਆਂ? ਐਨੀ ਨਹੀਂ ਹੁੰਦੀ, ਤੁਸੀਂ ਤਾਂ ਕਹਿੰਦੇ ਮੈਂ ਤੁਹਾਡੀ ਭੈਣ ਨਹੀਂ ਹੈਗੀ। ਆ ਘਰੇ ਜਾ ਕੇ ਮੰਮੀ ਨੂੰ ਦੱਸਣਾ। ਮੂੰਹ ਬੋਲੀ ਵਾਲੀ ਕਿਹੜੀ? ਮੂੰਹ ਬੋਲੀ, ਮੂੰਹ ਬੋਲੀ ਨਹੀਂ, ਮੂੰਹ ਬੋਲੀ। ਹਾਂ ਮੰਮੀ ਕਹਿੰਦੀ ਆ ਮੇਰੀ ਭੈਣ ਆ, ਤੇ ਹੁਣ ਇੱਥੇ ਆ ਕੇ ਮੁੱਕਰ ਗਈ। ਆ ਬੰਦੇ ਡੈਡੀ ਨੇ ਤਾਂ ਨਹੀਂ ਕਿਹਾ ਨਾ ਕਿ ਤੂੰ ਮੇਰੀ ਭੈਣ ਆ, ਕੱਲੀ ਮੰਮੀ ਦੀ ਉਹਦੇ ਤੇ ਕਹਿੰਦੀ ਆ ਗਈ ਹੈ ਤੂੰ। ਦੀਦੀ ਪਲੀਜ਼ ਰੱਬ ਦਾ ਵਾਸਤਾ ਆ ਮੇਰੀ ਬੇਇੱਜ਼ਤੀ ਨਾ ਕਰੋ, ਮੈਂ ਹੋਰ ਪ੍ਰੋਗਰਾਮ ਵੀ ਕਰਨੇ ਆ ਇੱਥੇ। ਤੂੰ ਇੱਥੇ ਹੋਰ ਕੀ? ਹਾਏ ਓਏ ਰੱਬਾ, ਸਾਡੇ ਚੈਨਲ ਵਾਲੇ ਨੇ ਕਿਹੋ ਜਿਹਾ ਜੱਬ ਪਾਲ ਲਿਆ ਇੱਥੇ। ਜੱਬ ਨਹੀਂ ਪਾਲਿਆ, ਨਾਲੇ ਮੇਰੀ ਗੱਲ ਸੁਣ, ਘਰੇ ਜਾ ਕੇ ਕੁੱਤੇ ਪਾਲ, ਬਹੁਤਾ ਮੈਂ ਨਹੀਂ ਪਾਲੀਦਾ ਹੁੰਦਾ ਕਿ ਮੈਂ ਬੜੀ ਚੰਗੀ ਆ। ਕੋਈ ਚੰਗੀ ਚੁੰਗੀ ਨਹੀਂ ਤੂੰ, ਐਵੇਂ ਵਿਚਾਰਿਆਂ ਨੇ ਤੈਨੂੰ ਰੱਖ ਲਿਆ ਟਾਈਮ ਪਾਸ ਕਰਨ ਵਾਸਤੇ। ਐਵੇਂ ਰੱਖਿਆ ਆ, ਹੁਣ ਦੇਖਿਓ ਮੈਂ ਦੂਜੇ ਪ੍ਰੋਗਰਾਮ ਲੈ ਕੇ ਆਊਂਗੀ। ਕਹਿੰਦੇ ਚੈਨਲ ਵਾਲੇ ਕਹਿੰਦੇ ਤੂੰ ਨਾ ਗੱਲਾਂ ਕਰਦੀ ਜੇ ਆ ਗਈ ਤਾਂ ਕਿ ਹੋਰ ਪ੍ਰੋਗਰਾਮ ਕਰੀ ਜਾਏ। ਮੈਨੂੰ ਲੱਗਦਾ ਦੀਦੀ ਫੋਨ ਆਇਆ, ਹੁਣ ਨਾ ਬੋਲੀ। ਹੈਲੋ ਹੈਲੋ ਹੈਲੋ, ਹਾਂਜੀ ਤੇਰੇ ਕਹਿਣ ਤੇ ਮੈਂ ਚੁੱਪ ਕਰਨਾ? ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ ਹੈ? ਸਤਿ ਸ਼੍ਰੀ ਅਕਾਲ ਜੀ, ਮੈਂ ਆਪਣਾ ਟੋਰਾਂਟੋ ਤੋਂ ਬੋਲਦਾ ਜੀ, ਬਲਜੀਤ ਸਿੰਘੇੜਾ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ? ਹਾਂਜੀ ਬਹੁਤ ਵਧੀਆ ਜੀ, ਇਹਨੇ ਵੀ ਬਹੁਤ ਵਧੀਆ ਤੇਰੀ ਭੈਣ ਨੇ ਪ੍ਰੋਗਰਾਮ ਚਲਾਇਆ, ਇਦਾਂ ਵਧੀਆ ਕੀਤਾ ਇਹਨੇ ਵੀ, ਗੋਡਿਆ ਵਿਚਾਰੀ। ਮੈਂ ਤਾਂ ਸੁਣਿਆ ਕਿ ਮੇਰੀਆਂ ਚੁਗਲੀਆਂ ਬਹੁਤ ਕੀਤੀਆਂ ਨੇ ਇਹਨੇ। ਨਹੀਂ ਨਹੀਂ ਇਹ ਵਧੀਆ ਚਲਾਉਂਦੀ ਰਹੀ ਆ ਵਿਚਾਰੀ।